ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚ ਪੀ ਨੰਦਰਾ ਬਲੌਗ 'ਤੇ। ਦੇਖੋ ਜੀ, ਹੁਣ ਵੱਜ ਚੱਲਿਆ ਆ 1:30, ਹੁਣ ਲੱਗੇ ਅਸੀਂ ਆਪਣਾ ਬਲੌਗ ਸ਼ੁਰੂ ਕਰਨ। ਮੈਂ ਲੱਗੀ ਹਾਂ ਥੋੜ੍ਹਾ ਜਿਹਾ ਕੰਮ ਕਰਨ, ਅਤੇ ਪਲਕ ਕਰਦੀ ਪਈ ਆ। ਪਲਕ ਨੇ ਤਾਂ ਅੱਜ ਰੋਟੀ ਵੀ ਨਹੀਂ ਖਾਧੀ, ਟੈਨਸ਼ਨ ਹੋਈ ਆ। ਸਕੂਲ ਦਾ ਕੰਮ ਰਹਿੰਦਾ ਹੈ ਨਾ ਬੱਲੂ, ਕੰਮ ਰਹਿੰਦਾ ਹੈ ਨਾ, ਥੋੜ੍ਹਾ ਜਿਹਾ ਕੰਮ ਰਹਿੰਦਾ, ਕਿਉਂਕਿ 1 ਤਰੀਕ ਤੋਂ ਸਟਾਰਟ ਹੋ ਜਾਣੇ ਆ ਸਕੂਲ, 1 ਜੁਲਾਈ ਤੋਂ, ਹੈ ਨਾ ਬੱਲੂ? ਠੀਕ ਆ, ਇਹ ਹੁਣ ਬਣਾ ਰਹੀ ਆਪਣਾ ਜਿਹੜਾ ਕੰਮ ਰਹਿੰਦਾ ਆ। ਹਾਂਜੀ, ਬੈਠੇ ਹੋ, ਕੀ ਬਣਾਉਣਾ ਵੀ ਅੱਜ? ਨਾਲੇ ਕਹਿੰਦੀ ਮੈਂ ਪੀਜ਼ਾ ਖਾਣਾ ਆ, ਪਾਪਾ ਕਹਿੰਦੇ ਮੈਂ ਲਿਆ ਦਿੰਦਾ ਬੇਕਰੀ ਤੋਂ ਤੇਰੇ ਲਈ ਪੀਜ਼ਾ, ਆਉਣਾ 1:30 ਵਜੇ, ਪਾਪਾ ਨੇ ਆਉਣ ਵਾਲੇ ਹੀ ਆ। ਫਿਰ ਚਲੋ ਬਣਾਉਂਦੇ ਆ ਢੋਕਲਾ, ਨਾਲੇ ਤੁਹਾਨੂੰ ਦਿਖਾਲਦੇ ਆ, ਹੈ ਨਾ ਪਲਕ? ਠੀਕ ਆ, ਉਹ ਜ਼ੋਰਾ ਸ਼ੋਰਾ 'ਤੇ ਕੰਮ। ਠੀਕ ਆ, ਬਸ ਸਕੂਲ ਜਾਣੇ ਸ਼ੁਰੂ ਹੋ ਜਾਣਾ ਆ ਫਿਰ। ਵਾਹ ਵੀ ਵਾਹ, ਹੈ ਨਾ ਬੱਲੂ, ਆਇਆ ਮੂੰਹ ਦਿਖਾਈ, ਹੈਂ ਟੈਂਚਰ ਕਿੰਨੀ ਕੁ ਹੈ, ਬਥੇਰੀ ਮਸਤੀ ਮਾਰ ਲਈ ਆ ਘਰ। ਕਿਉਂ, ਘਰ ਰਹਿ ਰਹਿ ਕੇ ਬੱਲੂ ਪਤਾ ਕੀ ਆਦਤ ਪੈ ਗਈ ਆਰਾਮ ਕਰਨੇ ਦੀ, ਹੈ ਬਲਕ? ਚਲੋ ਮਿਲਦੇ ਆ, ਨਾਲੇ ਡੋਕਲਾ ਬਣਾਉਂਦੇ ਆ, ਨਾਲੇ ਚਲੋ ਤੁਹਾਨੂੰ ਦਿਖਾਲਦੇ ਆ ਫਿਰ ਜੀ। ਪਾਪਾ ਆ ਗਏ, ਪੀਜ਼ਾ ਨਹੀਂ ਮਿਲਿਆ, ਕੋਈ ਨਾ ਪੀਜ਼ਾ ਮਿਲਿਆ ਨਹੀਂ। ਪਾਪਾ ਕੋਕ ਲੈ ਕੇ ਆਏ ਆ, ਆ ਠੰਡੀ ਆ ਅੱਜ ਕੋਕ, ਪਾਪਾ ਲਿਆਇਆ ਪੈਟੀਜ਼, ਉਹ ਲੈਣੀ ਤੁਸੀਂ, ਖਾਣੀ ਮੰਮਾ ਨਹੀਂ ਪਤਾ, ਤੁਸੀਂ ਮੈਂ ਖਾਣੇ ਨੇ ਪੈਟੀ ਸਰਵ ਕਰੂੰਗੀ ਆਪਣਾ ਹੁੰਦੇ ਹੋਮਵਰਕ ਕੰਟੀਨਿਊ। ਅੱਜ ਬਣਾ ਲੱਗੇ ਡੋਕਲਾ ਤੇ ਮੰਮਾ ਅਮਰ ਸੋਈ ਦੇ ਵਿੱਚ, ਹੁਣ ਬਣਾ ਲੱਗੇ ਆ ਦਾਦੀ ਹੁਣ ਡੋਕਲਾ। ਹਰੀ ਮਿਰਚ ਪਾਈ ਹੋਈ ਨਹੀਂ, ਕਰਾਰਾ ਜਿਹਾ ਬਣਾਵਾਂਗੇ ਨਾ, ਡੋਕਲਾ ਤੇ ਮੈਂ ਪੈਟੀ ਖਾ ਲਈ ਆ। ਪਾਣੀ ਆ ਮੰਮੀ, ਪਾਣੀ ਕਿੱਥੇ ਰਹਿੰਦੀ ਹੈ, ਤੁਸੀਂ ਦੱਸੋ। ਕਹਿੰਦੀ ਨਾ ਪੀਲਾ ਪੀਲਾ ਹੋ ਜਾਣਾ, ਇਦਾਂ ਉਦਾਂ 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 ਰਹਿ ਜਾਣਾ, ਉੱਥੇ ਪੀਲਾ ਹੀ ਹੋ ਜਾਣਾ। ਤਾਂ ਜੀ ਕੀ ਭੁੱਲ ਜਾਂਦੀ, ਪੀਲਾ 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 ਪੀਲਾ। ਚਲੋ ਹੁਣ ਆਪਾਂ ਪਹਿਲੇ ਦਿਖਾਇਆ ਯਾਰ ਡੋਕਲੇ ਦੀ ਰੈਸਪੀ, ਹੈ ਨਾ, ਹੁਣ ਬਣਾ ਕੇ ਫਿਰ ਦਿਖਾਉਂਦੇ ਆ। ਪਾਪਾ ਕੀ ਕਰਦੇ ਪਏ ਹੋ? ਮੈਂ ਮੋਬਾਈਲ। ਪਾਪਾ ਟੀਵੀ ਲਾਈਏ ਥੋੜ੍ਹੀ ਦੇਰ, ਲਾਓ ਟੀਵੀ ਲਾਉਣੇ, ਤਾਰਕ ਮੇਰਾ ਦੇਖਦੇ ਆ ਆਪਾਂ, ਤੇ ਲਾਉਂਦੇ ਆ ਗੁੜੀਆ ਭੁਈ ਜਾਣਾ। ਹਲੇ ਨੀ ਲੱਗਦਾ, ਵਿਆਹ ਹੋਣਾ ਬਾਅਦ ਚ ਲੱਗੂਗਾ। ਪਤਾ ਕਿਉਂ ਤੁੜਕਾ ਲੱਗਣਾ, ਤੁੜਕਾ ਲੱਗਣਾ ਆ। ਪਾਪਾ ਲੱਭਦਾ ਨੀ ਪਿਆ, ਚਲੋ ਫਿਰ ਜਾ ਕੇ ਉਹ ਰੋਟੀ ਖਾਣ ਲੱਗਾਂਗੇ ਫਿਰ ਬਣਾਵਾਂਗੇ। ਇੱਧਰ ਤਾਰਿਕ ਮੇਰੇ ਚੱਲਦਾ ਵੀ ਆਪਣਾ, ਮੈਂ ਕਰਦੀ ਵੀ ਆਪਣਾ ਹੋਮਵਰਕ ਆਇਆ, ਅਸੀਂ ਲੱਗੇ ਖਾਣ, ਨਾਲ ਦੇਖਦੇ ਰਹੇ ਆ ਤਾਰਕ ਮਹਿਤਾ ਕਾ ਉਲਟਾ ਚਸ਼ਮਾ।
ਜੇਠਾ ਲਾਲ ਲਾਈ ਕੋਲਡ ਡਰਿੰਕ ਡੋਸਾ ਡੋਸਾ ਨਹੀਂ ਉਹ ਕੀ ਯਾਰ ਮੇਰੇ ਮੂੰਹੋਂ ਡੋਸਾ ਨਿਕਲ ਗਿਆ ਡੋਗਲਾ 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 ਮੂੰਹੋਂ ਡੋਸਾ ਨਿਕਲ ਗਿਆ ਖਵਾ ਲਿਆਵਾਂਗੇ ਡੋਸਾ ਖਵਾ ਲਿਆਵਾਂਗੇ ਕਿਸੇ ਦਿਨ ਚੱਲ ਚੱਲਦੇ ਹਾਂ ਡੋਸਾ ਵੀ ਖਵਾ ਲੈਂਦੇ ਹਾਂ ਡੋਸਾ ਵੀ ਖਵਾ ਲੈਂਦੇ ਕਿਸੇ ਦਿਨ ਪਹਿਲਾਂ ਮੋਟੀ ਨੇ ਖਾਣਾ ਕੱਲ੍ਹ ਪੀਜ਼ਾ ਅੱਜ ਮਿਲਿਆ ਨਹੀਂ 30 ਰੁਪਏ ਵਾਲਾ ਪੀਜ਼ਾ ਖਾਣਾ ਇਹਨੇ 30 ਰੁਪਏ ਵਾਲਾ ਪੀਜ਼ਾ ਜਿਹੜਾ ਬੇਕਰੀ ਤੋਂ ਮਿਲਦਾ ਛੋਟਾ ਜਿਹਾ ਪੀਜ਼ਾ ਐਡਾ ਕੁ ਪੀਜ਼ਾ ਤੇਰੇ ਜੋਗਾ ਅੱਛਾ ਅੱਛਾ ਚੱਲ 50 ਰੁਪਏ ਵਾਲਾ ਖਵਾ ਦਿਆਂਗੇ ਨਹੀਂ ਉਹ 50 ਦਾ ਮਿਲਦਾ ਵੱਡਾ ਡਬਲ ਉਹਨਾਂ ਨਾਲ ਚੱਲ 30 ਵਾਲੇ ਦੋ ਖਾ ਲਈ ਨਹੀਂ ਕਾਲਾ ਇਹਨੂੰ ਪੁੱਛੋ ਕਾਲਾ ਤੈਨੂੰ ਪੀਜ਼ਾ ਖਾਈਏ ਲੜਦੀ ਤਾਂ ਇੰਨਾ ਸਾਡੇ ਨਾਲ ਲੜਾਕੀਏ ਅੱਜ ਪੀਜ਼ਾ ਵੀ ਲੜਾ ਕੱਟੀ ਵਾਲੀ ਗੱਲ ਵੀ ਖਾਣਾ ਹਾਂ ਲੜਾਕੀ ਤਾਂ ਤੂੰ ਇੰਨੀ ਆ ਚਲੋ ਜੀ ਹੁਣ ਡੋਗਲਾ ਖਾਣੇ ਆ ਰੋਟੀ ਰੋਟੀ ਖਾ ਕੇ ਮੰਮਾ ਹੁਣੇ ਸੁਣੀ ਲੱਗਿਆ ਸੂਟ ਜਿਹਾ ਸੂਟ ਦੀ ਤੇ ਮੈਂ ਤਾਂ ਆਪਣਾ ਆਲਰੇਡੀ ਹੋਮਵਰਕ ਹੀ ਕਰਦੀ ਪਈ ਹਾਂ ਮੇਰਾ ਤਾਂ ਮੇਰਾ ਤਾਂ ਮੁੱਕਣਾ ਹੀ ਨਹੀਂ ਹੈਗਾ ਇੰਨਾ ਹੋਮਵਰਕ ਭਰ ਭਰ ਕੀਤਾ ਜਿਹੜਾ ਮੁੱਕਦਾ ਹੀ ਨਹੀਂ ਪਿਆ ਹੈਗਾ ਹੁਣ ਉਹੀ ਕਰਦੀ ਪਈ ਹਾਂ ਪਹਿਲੀ ਜੁਲਾਈ ਤੋਂ ਸਕੂਲ ਸ਼ੁਰੂ ਹੋ ਬਟ ਮੈਂ ਪਹਿਲੀ ਜੁਲਾਈ ਨੂੰ ਜਾਣਾ ਨਹੀਂ ਹੈਗਾ ਕਿਸੇ ਨੇ ਆਉਣਾ ਹੈ ਨਹੀਂ ਪਹਿਲੀ ਨੂੰ ਆਪਾਂ ਸੰਡੇ ਨੂੰ ਘੁੰਮਣ ਜਾਵਾਂਗੇ ਫਿਰ ਮੰਡੇ ਨੂੰ ਵੈਸੇ ਵੀ ਬਹੁਤ ਥੱਕ ਹੋ ਜਾਣਾ ਤੇ ਫਿਰ ਜਾ ਹੀ ਨਹੀਂ ਹੋਣਾ ਤੇ ਪੁੱਛਦੇ ਆਪਾਂ ਹੁਣ ਨਹੀਂ ਜਾਣਾ ਹੈਗਾ ਮੈਂ ਤਾਂ ਕਹਿੰਦੀ ਹਾਂ ਹਾਂ ਨਹੀਂ ਮੈਂ ਤਾਂ ਕਹਿੰਦੀ ਹਾਂ ਹਾਂ ਪੰਜ ਵੱਜ ਗਿਆ ਤੇ ਦਾਦੀ ਚਾਹ ਲੈ ਆਏ ਆ ਹੁਣ ਚਾਹ ਚੂ ਪੀਊਗੇ ਮੰਮਾ ਹੁਣੀ ਹਰਮਨ ਕੋਠੇ ਤੇ ਉਹਨੂੰ ਵੀ ਬੁਲਾਇਆ ਆ ਮੰਮਾ ਯਾਰ ਭੁੱਖ ਲੱਗੀ ਕੁਛ ਖਾਂਦੇ ਆ ਵਧੀਆ ਭੁੱਖ ਲੱਗੀ ਤੇ ਡੰਡਾ ਖਾਓ ਨਹੀਂ ਡੰਡਾ ਨਹੀਂ ਚਿਪਸ ਖਾਵਾਂਗੇ ਚਿਪਸ ਨਹੀਂ ਕੁਛ ਹੋਰ ਚਿਪਸ ਨਹੀਂ ਮੰਮੀ ਚਿਪਸ ਤੇ ਲਾਵਾ ਕੁਛ ਹੋਰ ਹੋਰ ਕੀ ਹਾਲ ਕੀ ਹਾਲ ਚਿੱਤਰ ਕਰਨੇ ਹੁਣ ਮੈਂ ਤਾਂ ਚਿੱਤਰ ਮਾਰਦੇ ਆ ਨਹੀਂ ਕਹਿੰਦੇ ਬੋਲ ਦਿੰਦੇ ਨਹੀਂ ਮਰਨਾ ਮਾਰਨਾ ਤਾਂ ਨਹੀਂ ਹੈਗਾ ਇੱਦਾਂ ਬੇਸਣ ਵਾਲੀ ਬ੍ਰੈਡ ਸੂਜੀ ਵਾਲੀ ਸੌਸ ਦਾਦੀ ਲੈ ਆਏ ਆ ਤੇ ਹੁਣ ਮੰਮਾ ਖਾਓਗੇ ਖਾ ਕੇ ਦੱਸੋ ਸਵਾਦ ਲੱਗਣ ਦਾਦੀ ਬਣਾ ਦੇ ਹੋਰ ਦੇਦੀ ਵੀ ਖਾਣੀ ਆ ਬਹੁਤ ਸਵਾਦ ਆ ਨਾ ਨਾ ਮੈਂ ਨੀ ਖਾਣੀ ਮੈਂ ਢਿੱਡ ਭਰਿਆ ਮੰਮੀ ਬਹੁਤ ਸਵਾਦ ਆ ਕਰਾਰੀ ਏਸੀ ਲਾ ਲਿਆ ਆਪਾਂ ਹੁਣ ਪਹਿਲੇ ਬੰਦ ਕਰਿਆ ਥੋੜੀ ਦੇਰ ਡੋਕਲਾ ਉਹਦਾ ਖਾਦਾ ਨਾ ਭੁੱਖ ਲੱਗ ਗਈ ਕੁਛ ਖਾਣ ਨੂੰ ਦਿਲ ਕਰਦੇ ਮੰਮੀ ਕਹਿੰਦੇ ਬ੍ਰੈਡ ਬਣਾ ਲੈ ਕੋਈ ਨਾ ਖਾਓ ਹੁਣ ਮੈਂ ਆਪਣਾ ਖਿਆਲ ਖਲੋ ਚੱਕ ਲਵਾਂ ਚੱਕ ਲਿਆ ਖਾਣਾ ਮੈਨੂੰ ਲੱਗ ਗਿਆ ਬੜਾ ਮੈਂ ਨਹੀਂ ਜਾਣਾ ਹੈਗਾ 1 ਜੁਲਾਈ ਤੇ 2 ਜੁਲਾਈ ਨੂੰ ਛੁੱਟੀਆਂ ਤੇ ਕਰਨ ਕਰ ਹੀ ਸਕਦੇ ਹੋ ਹੈਨਾ ਚਲੋ ਖਾ ਲਓ ਇਹ ਬ੍ਰੈਡ ਬਹੁਤ ਸਵਾਦ ਆ ਯਾਰ ਨਹੀਂ ਮੈਂ ਨਹੀਂ ਖਾਣਾ ਮੈਂ ਢਿੱਡ ਬਹੁਤ ਭਰਿਆ ਮੇਰਾ ਤੁਸੀਂ ਖਾਓ ਪਾਓ ਇਦਾਂ ਕਹਤਾ ਕਿੰਨੇ ਹੋ ਖਾਓ ਤੁਸੀਂ ਖਾਓ ਤੂੰ ਚਿਪਸ ਖਾਂਦੀ ਆ ਤੂੰ ਕਿਤੋਂ ਖਾਣੀ ਆ ਹੀ ਹੀ ਤੁਸੀਂ ਚਲੋ ਖਾਓ ਫਿਰ ਬਾਅਦ ਚੋਂ ਲੈ ਟੀਵੀ ਲਾਉਂਦੇ ਆ
ਸਾਡੇ 8 ਹੋ ਗਿਆ ਤੇ ਪਾਪਾ ਆ ਗਏ ਹੋ। ਪਾਪਾ ਕਿੰਨੀ ਗਰਮੀ ਹੈ ਬਾਹਰ? ਬਹੁਤ ਗਰਮੀ ਹੈ। ਮਸਾ ਮਸ ਤੇ ਮੰਮਾ ਆਪਣਾ ਸੂਟ ਸਿੰਦੇ ਪਏ ਇੱਧਰ, ਆਪਣਾ ਨਹੀਂ ਕਿਸੇ ਦਾ। ਤੇ ਇੱਧਰ ਵੀਡੀਓ ਐਡਿਟ ਹੋ ਰਹੀ ਆ। ਤੇ ਦੱਸ ਤੁਸੀਂ ਕੀ ਕਰਦੇ ਪਏ ਹੋ? ਕੀ ਦਾਲ ਖਾਣੀ ਆ ਅੱਜ ਮੰਮੀ? ਫਿਰ ਤੋਂ ਦਾਲ ਚਲੋ ਚਲੋ ਰੋਟੀ ਖਾਂਦੇ ਆ ਫਿਰ ਮਿਲਦੇ ਆ ਹਨਾ। ਓਕੇ ਹੁਣ ਆਪਾਂ ਖਾਣ ਲੱਗੇ ਰੋਟੀ ਤੇ ਆਇਆ ਦਾਲ ਤੇ ਮੈਂ ਤੇ ਮੂੰਗੀ ਮਸਰ ਦਾਲ ਰੋਟੀ ਖਾਣੀ ਆ। ਅਚਾਰ ਅੰਬਦਾ ਅਚਾਰ ਨਾਲ ਚਟਨੀ ਠੀਕ ਆ। ਤੇ ਹਰਮਨ ਉੱਤੇ ਆ, ਉਹਨੂੰ ਆਵਾਜ਼ ਮਾਰੀ ਆ। ਹਾਂ ਤੇ ਰੋਟੀਆਂ ਚਲੋ ਪਾਓ ਚਲੋ ਪਾਓ। ਹੁਣ ਆਪਾਂ ਖਾਂਦੇ ਰੋਟੀ। ਪਾਪਾ ਪਤਾ ਨੀ ਕਿਵੇਂ ਖਾਣ ਡਏ ਆ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ। ਥੈਂਕ ਯੂ।